ਅਸਲਾਮ ਵਾਲੇਕੁਮ ਭਾਈ ਜਾਨ, ਕੀ ਹਾਲ ਚਾਲ ਨੇ? ਠੀਕ ਹੋ? ਮੈਂ ਅਲੀ ਰਜ਼ਾ ਡੋਗਰ, ਡੋਗਰ ਮੋਟਰਸ ਨਾਲ ਖਾਨਾ ਸਾਹਿਬ ਮਿਹਨਤ ਨਾਲ ਤੋਂ ਤੁਹਾਡਾ ਭਾਈ, ਤੁਹਾਡਾ ਖਾਦਮ, ਤੁਹਾਡੇ ਨਾਲ ਮੁਖਾਤਿਬ ਹਾਂ ਜਨਾਬ। ਡੋਗਰ ਮੋਟਰਸ ਨਨਕਾਣਾ ਸਾਹਿਬ ਦਾ ਸਟੋਕ ਤੁਹਾਡੇ ਲਈ ਲੈ ਆਏ ਜਨਾਬ। ਅੱਜ ਜੁਮਾਤੁਲ ਮੁਬਾਰਕ ਹੈ, ਜੈਸਾ ਕਿ ਤੁਹਾਨੂੰ ਦੱਸਿਆ ਸੀ ਕਿ ਸਾਡੇ ਕੋਲ ਮਾਸ਼ਾਅੱਲਾ ਬਹੁਤ ਜ਼ਿਆਦਾ ਗੱਡੀਆਂ ਆਉਣੀਆਂ, ਖਰੀਦਦਾਰ ਆਉਣੇ ਸਾਡੇ ਕੋਲ ਪਹੁੰਚ ਗਏ ਨੇ ਜਨਾਬ। ਤੁਹਾਨੂੰ ਇੱਕ ਇੱਕ ਗੱਡੀ ਦਾ ਮੈਂ ਛੋਟਾ ਛੋਟਾ ਰਿਵਿਊ ਕਰਵਾ ਦਿਆਂ, ਬਾਕੀ ਮਜ਼ੀਦ ਡਿਟੇਲ ਤੁਹਾਨੂੰ ਚਾਹੀਦੀ ਹੋਵੇ ਤਾਂ ਮੇਰੇ ਨਾਲ ਵਟਸਐਪ 'ਤੇ ਰਾਬਤਾ ਕਰਕੇ ਉਹ ਡਿਟੇਲ ਲੈ ਸਕਦਾ ਮੇਰੇ ਕੋਲੋਂ। ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਕਾਫੀ ਜ਼ਿਆਦਾ ਗੱਡੀਆਂ ਆ ਗਈਆਂ ਮੁਖਤਲਿਫ ਬਜਟ ਦੇ ਵਿੱਚ। 2015 ਮਾਡਲ ਦੀ GLI ਆਟੋ ਗੇਅਰ ਦੀ 35 ਲੱਖ ਮੰਗਦੇ ਨੇ। 18 ਮਾਡਲ ਵੈਗਨਾਰ 20.5 ਲੱਖ ਰੁਪਿਆ ਫਾਈਨਲ। 8 ਮਾਡਲ 8.5 ਡਿਮਾਂਡ। 2016 ਮਾਡਲ ਦੀ ਜੇ ਕਲਟਸ, ਇਹਦੇ ਪੈਸੇ ਹੈਗੇ ਜੀ 17 ਲੱਖ ਡਿਮਾਂਡ ਕਰਦੇ ਟੋਟਲ ਜੈਨੂਅਨ ਪੈਂਟ ਦੀ ਗੱਡੀ। ਮਹਿਰਾਨ ਜੀ ਵੀ ਮੁਨਾਸਿਬ ਬਜਟ 'ਚ ਮਿਲ ਜਾਏਗੀ ਤੁਹਾਨੂੰ। 20 ਮਾਡਲ ਦੀ ਗ੍ਰੇ ਕਲਰ ਦੀ ਜੇ 25 ਲੱਖ ਰੁਪਿਆ ਫਾਈਨਲ ਕਰ ਰਹੇ ਟੋਟਲ ਜੈਨੂਅਨ ਲੋ ਮਾਈਲੇਜ ਗੱਡੀ ਬ੍ਰੈਂਡਿੰਗ ਕੰਡੀਸ਼ਨ 'ਚ। 2012 ਮਾਡਲ ਦੀ XLI 21 ਇਹਦੀ ਡਿਮਾਂਡ ਹੈਗੀ ਜੇ ਆਪਣਾ 22 ਲੱਖ ਰੁਪਿਆ। ਠੀਕ ਹੈ ਜੀ, ਇਹ 2000 ਅਤੇ ਮਾਡਲ ਹੈਗਾ ਜੇ 6 ਪੁਸ਼ ਬਟਨ ਸਟਾਰਟ ਵਾਲੀ ਜੈਨੂਅਨ ਅਲਾਈ ਰਿਮ ਵਾਲੀ ਕਲਾਈਮੇਟ ਕੰਟਰੋਲ ਵਾਲੀ 1300 cc ਬੈਲਟਾ ਬੋਡੀ ਦੀ ਵੀ ਸਾਰੀ ਜੈਨੂਅਨ ਬਾਹਰੋਂ। ਬਹੁਤ ਤਗੜੀ ਗੱਡੀ, ਆਲਾ ਕਿਸਮ ਦੀ ਗੱਡੀ ਜੇ ਜੇ ਕਿਸੇ ਨੇ ਘਰ ਰੱਖਣੀ ਹੈ ਗੱਡੀ ਲੈ ਲਓ, ਯਾਦ ਹੀ ਕਰੋਗੇ। ਅਤੇ ਇਹ ਗੱਡੀ ਫਾਈਨਲ 23 ਲੱਖ ਦੀ ਐਸ ਨੂੰ ਲੈ ਲਾਂਗੇ। 12 ਮਾਡਲ ਆਲਟੋ 9.5 ਦੀ ਐਸ ਨੂੰ ਮਿਲੇਗੀ FX 5 ਲੱਖ ਰੁਪਏ ਦਾ ਡਿਮਾਂਡ। ਗੱਡੀ ਬਹੁਤ ਅੱਛੀ ਔਫਰ ਦੇਣੀ, ਅੱਛੀ ਜੀ ਹੈ ਵੀ ਤੁਹਾਨੂੰ ਲੈ ਦਿਆਂਗੇ। 2005 ਮਾਡਲ GLI ਇਹ ਤੁਹਾਨੂੰ ਲੈ ਦਿਆਂਗੇ 16 ਲੱਖ ਦੀ ਐਸ ਨੂੰ। 2006 ਮਾਡਲ ਦੀ ਪੰਜ ਮਾਡਲ ਅਤੇ ਇਹ ਫਾਈਨਲ ਤੁਹਾਨੂੰ ਦੇ ਦਿਆਂਗੇ 14.5 ਲੱਖ ਰੁਪਏ ਦੀ ਗੱਡੀ। 2000 ਅਤੇ 2 ਮਾਡਲ ਦੀ ਹੋਂਡਾ ਸਵਿਕ, ਬਾਹਰੋਂ ਵੀ 70-80% ਜੈਨੂਅਨ, ਅੰਦਰੋਂ ਸਾਰੀ ਜੈਨੂਅਨ ਮੈਨੂਅਲ ਗੇਅਰ ਦੀ ਗੱਡੀ 14.5 ਦੀ ਐਸ ਨੂੰ। 2004 ਮਾਡਲ ਦੀ ਲਾਂਸਰ, ਬਹੁਤ ਅੱਛੀ ਗੱਡੀ, ਬਾਹਰੋਂ ਸ਼ਾਬਰ ਅੰਦਰੋਂ ਜੈਨੂਅਨ, ਤਗੜੀ ਗੱਡੀ, 92 ਨੰਬਰ ਲੱਗਾ ਹੋਇਆ, ਅਲਾਈ ਰਿਮ ਸੋਹਣੇ ਲੱਗੇ, ਰੂਮ ਸੋਹਣਾ, ਗੱਡੀ ਦਾ AC ਚਾਲੂ, ਇੰਜਨ ਫਿੱਟ। ਇਹ ਗੱਡੀ 10 ਲੱਖ ਰੁਪਏ ਦੀ। 2005 ਮਾਡਲ ਦੀ ਹੋਂਡਾ ਸਵਿਕ, ਲਾਹੌਰ ਦਾ ਨੰਬਰ, ਬਾਹਰੋਂ ਸ਼ਾਬਰ ਅੰਦਰੋਂ ਜੈਨੂਅਨ, 13 ਲੱਖ ਰੁਪਏ ਦੀ। ਇਹਦਾ ਇਹ ਡਿਟੇਲ ਅਜੇ ਨਹੀਂ ਆਈ, ਜਿਵੇਂ ਆਉਂਦੀ ਹੈ ਵੀ ਤੁਹਾਡੇ ਨਾਲ ਰਿਵਿਊ ਸ਼ੇਅਰ ਕਰਾਂਗੇ ਇਹਦਾ। ਇਹ ਜਿਹੜੀ ਜਿਹੜੀ ਤੁਹਾਨੂੰ ਗੱਡੀ ਤੋਂ ਪਸੰਦ ਹੋਵੇ ਨਾ, ਤੁਸੀਂ ਡਿਟੇਲ ਵਟਸਐਪ 'ਤੇ ਮੇਰੇ ਕੋਲ ਲੈ ਸਕਦੇ ਹੋ ਮੈਸੇਜ ਕਰਕੇ। 1991 ਮਾਡਲ ਦੀ ਨਿਸਾਨ ਸਨੀ, ਬਹੁਤ ਤਗੜੀ ਗੱਡੀ, ਅੰਦਰੋਂ ਸੀਲਾਂ ਦੀ 101% ਪੂਰੀ, ਬਾਹਰੋਂ ਸ਼ਾਵਰ ਗੱਡੀ, ਅਲਾਈ ਰਿਮ ਸੋਹਣੇ, ਇੰਜਨ ਫਿੱਟ, LPG ਚਾਲੂ, ਤਗੜੀ ਗੱਡੀ, 6.5 ਲੱਖ ਰੁਪਿਆ ਕੋਰੇ ਹੈ। ਇਹਦੀ ਵੀ ਡਿਟੇਲ ਤੁਹਾਨੂੰ ਬਾਅਦ 'ਚੋਂ ਦੇ ਦਿੰਦੇ। 2017 ਮਾਡਲ ਦੀ ਕਲਟਸ ਜੇ 16 ਲੱਖ ਰੁਪਏ ਦੀ, ਤਗੜੀ ਗੱਡੀ। 17 ਮਾਡਲ ਦੀ 15/17 GLI 28 ਲੱਖ ਰੁਪਏ ਦੀ ਐਸ ਨੂੰ। 2015 ਮਾਡਲ ਹੋਂਡਾ ਸਿਟੀ 30 ਲੱਖ ਰੁਪਏ ਦੀ ਮਾਡਲ। 2008 ਮਾਡਲ ਦੀ ਕਲਟਸ ਜੇ ਭਾਈ ਜਾਨ, ਇਹਦੀ ਵੀ ਕਮੀ ਪੇਸ਼ੀ ਹੋ ਜਾਏਗੀ, ਤੁਹਾਨੂੰ ਮੁਕੰਮਲ ਰਿਵਿਊ ਇਹਦਾ ਅਪਲੋਡ ਕਰ ਦਿਆਂ ਜਿਹੜੇ ਵੀਰ ਭਰਾ ਇੰਟਰਸਟਡ ਹੋਣ ਪੂਰੀ ਰਾਤ ਤੱਕ। 19/22 ਮਹਿਰਾਨ, ਪੈਸੇ 14.5 ਲੱਖ ਰੁਪਏ। 2015 ਮਾਡਲ ਦੀ ਮਹਿਰਾਨ, ਇਹਦਾ ਵੀ ਰਿਵਿਊ ਅਪਲੋਡ ਕਰ ਦਿੰਦੇ, ਚੈੱਕ ਕਰ ਲਓ ਗੱਡੀ। ਇਹ ਕਿੰਨਾ ਦੀ ਗੱਡੀ? 20 ਡੀਜ਼ਲ। ਇਹਦਾ ਵੀ ਰਿਵਿਊ ਅਪਲੋਡ ਕਰ ਦਿਆਂਗੇ, ਗਾਹਕ ਕਹਿੰਦੇ ਕਾਫੀ ਸਨ, ਇਹਨਾਂ ਦਾ ਵੀ ਅਸੀਂ ਡਿਟੇਲ ਸਾਰੀ ਲੈ ਕੇ ਰਿਵਿਊ ਸ਼ੇਅਰ ਕਰਦੇ ਹਾਂ। ਵਿਜ਼ਲ 2015 ਮਾਡਲ ਦੀ 53 ਲੱਖ ਰੁਪਏ ਡਿਮਾਂਡ।
2013 ਮਾਡਲ ਦੀ ਜੀ ਐਲ ਆਈ ਜੀ 25 ਲੱਖ ਰੁਪਏ ਦੀ, 2017 ਮਾਡਲ ਟੋਟਲ ਜੈਨੂਅਨ 33 ਲੱਖ ਰੁਪਏ ਦੀ, 2013 ਮਾਡਲ ਟੋਟਲ ਜੈਨੂਅਨ ਹੋਂਡਾ ਸਿਟੀ, ਇਹ ਤੁਹਾਨੂੰ ਲੈ ਦਿਆਂਗੇ ਭਾਈ ਜਾਨ 24.5 ਐਸ ਨੂੰ। 2008 ਮਾਡਲ ਦੀ ਬਹੁਤ ਤਗੜੀ ਗੱਡੀ ਹੋਂਡਾ ਰਿਬੋਨ ਆਟੋ ਗੇਅਰ ਦੀ 20 ਲੱਖ ਰੁਪਇਆ। 2019 ਮਾਡਲ ਦੀ ਸਿਟੀ ਦੀ ਡਿਟੇਲ ਤੁਹਾਨੂੰ ਮੈਂ ਸ਼ੇਅਰ ਕਰ ਦਿਆਂਗੇ, ਡਿਮਾਂਡ 35 ਲੱਖ। ਜੇ ਐਕਸਲ ਆਈ 2015 ਮਾਡਲ ਦੀ, ਇਹਦੀ ਸੋਰੀ 16 ਮਾਡਲ ਦੀ ਜੀ ਐਲ ਆਈ ਛੱਤ ਦੀ ਕੀ ਬੋਨਟ ਜੈਨੂਅਨ 33 ਲੱਖ ਰੁਪਏ ਦੀ। 2014 ਮਾਡਲ ਦੀ ਹੋਂਡਾ ਰਿਬਰਥ ਜੇ ਆਟੋ ਗੇਅਰ ਦੀ ਜੈਨੂਅਨ ਜੈਨੂਅਨ ਗੱਡੀ ਜੇ ਤਗੜੀ ਗੱਡੀ, ਇਹ ਗੱਡੀ ਫਾਈਨਲ ਆਪਾਂ ਲੈ ਲਵਾਂਗੇ ਇਹ ਕਮੀ ਪੇਸ਼ੀ ਕਰਵਾ ਕੇ, ਕੋਈ 33 ਲੱਖ ਰੁਪਏ ਦੀ। 2011 ਮਾਡਲ ਦੀ ਪ੍ਰੀਅਸ ਯੈਸ ਮੈਂ 70 ਲੱਖ ਰੁਪਏ ਦੀ। 2015 ਮਾਡਲ ਦੀ ਜੀ ਐਲ ਆਈ ਇਹ ਤੁਹਾਨੂੰ ਲੈ ਦੇਵਾਂਗੇ ਬਹੁਤ ਮੁਨਾਸਿਬ ਕਰਕੇ, ਕੋਈ 29.5 ਲੱਖ ਰੁਪਏ ਦੀ। ਇਹ ਕਾਰਵਾਂ ਜੇ ਇਹਦੀ ਵੀ ਡਿਟੇਲ ਅਪਲੋਡ ਕਰ ਦਿਆਂਗੇ। 19 ਮਾਡਲ ਹੋਂਡਾ ਸਿਟੀ ਆਟੋ ਗੇਅਰ ਦੀ ਇਹ ਤੁਹਾਨੂੰ ਲੈ ਦਿਆਂਗੇ 34,75,000 ਰੁਪਏ ਦੀ। 6 ਮਾਡਲ ਦੀ ਗਲਟਸ ਇਹਦੀ ਵੀ ਡਿਟੇਲ ਅਪਲੋਡ ਕਰ ਦਿਆਂਗੇ। 9 ਮਾਡਲ ਮਹਿਰਾਨ ਬਾਬਾ ਜੀ ਕਿੰਨੇ ਪੈਸੇ ਇਹਦੇ? 8 ਲੱਖ ਰੁਪਏ। ਕੰਡੀਸ਼ਨ ਕੀ ਬਾਹਰੋਂ ਸ਼ਾਵਰ ਅੰਦਰ ਜੈਨੂਅਨ ਹੈ ਬਾਹਰੋਂ? ਠੀਕ ਹੈ ਮੈਂ ਕਰਨਾ ਥੋੜ੍ਹੀ ਦੇਰ ਇੱਕ ਰਿਵਿਊ ਅਪਲੋਡ ਮੈਂ ਕਰਨਾ ਹੁਣੇ ਕਰ। 2013 ਬਟਾ 15 ਗੱਡੀ ਅੱਛੀ ਜੀ ਮਾਸ਼ਾਅੱਲਾ 13/15 ਔਰ ਹੋਂਡਾ ਸਵਿਕ ਜੇ ਲਾਹੌਰ ਨੰਬਰ ਦੀ 6 ਮਾਡਲ ਹੈ ਮੈਨੂਅਲ ਗੇਅਰ ਦੀ ਇਹਦੀ ਵੀ ਡਿਟੇਲ ਅਪਲੋਡ ਕਰ ਦਿਆਂਗੇ। ਬਲੀਨੋ 2000 ਮਾਡਲ ਦੀ ਕੀ ਹਾਲ ਹੈ ਭਾਈ ਜਾਨ? ਠੀਕ ਹੋ? 2000 ਮਾਡਲ ਦੀ ਬਲੀਨੋ 7.5 ਲੱਖ ਰੁਪਇਆ ਕਹਿ ਰਹੇ ਨੇ। 2015 ਮਾਡਲ ਦੀ ਐਕਸਲ ਆਈ ਅੰਦਰੋਂ ਜੈਨੂਅਨ ਬਾਹਰੋਂ ਸ਼ਾਵਰ, ਗੱਡੀ ਇੱਕ ਦਰਵਾਜ਼ੇ ਦੀ ਸੀਲ ਖਰਾਬ ਹੈ, ਬੋਨਟ ਦੀ ਥੋੜ੍ਹੀ ਸੀਲ ਖਰਾਬ ਹੈ, ਅੰਦਰੋਂ ਜੈਨੂਅਨ ਹੈ ਗੱਡੀ ਲੈ ਲਵਾਂਗੇ ਆਪਾਂ। 14 ਮਾਡਲ ਹੈ ਸੋਰੀ ਇਹ 25 ਲੱਖ ਡਿਮਾਂਡ ਹੈ। ਹੋਂਡਾ ਸਿਟੀ 15.5 ਲੱਖ ਰੁਪਇਆ 2004 ਮਾਡਲ ਅਤੇ 2018 ਮਾਡਲ ਮਹਿਰਾਨ ਕਿੰਨੇ ਪੈਸੇ ਭਾਈ ਜਾਨ? 13.5 ਡਿਮਾਂਡ। ਠੀਕ। 2006 ਮਾਡਲ ਦੀ 12 ਦੀ ਇੰਪੋਰਟ ਰਜਿਸਟਰਡ, ਬਾਹਰੋਂ ਵੀ ਤਕਰੀਬਨ ਜੈਨੂਅਨ ਜੈਨੂਅਨ ਗੱਡੀ, 20 ਲੱਖ ਰੁਪਇਆ ਡਿਮਾਂਡ। 17 ਮਾਡਲ ਮਹਿਰਾਨ ਸਰ ਕਿੰਨੇ ਪੈਸੇ? 16 ਮਾਡਲ ਹੈ 16/17 9.5 ਲੱਖ ਰੁਪਇਆ। 2003 ਮਾਡਲ ਦੀ ਆਲਟੋ ਹੈ ਇਹਦੀ ਵੀ ਡਿਟੇਲ ਅਪਲੋਡ ਕਰ ਦੇਣ। 2001 ਸੋਰੀ ਪੈਸੇ ਕਿੰਨੇ ਭਾਜਣ? 7.5 ਲੱਖ ਰੁਪਇਆ ਡਿਮਾਂਡ। 2009 ਮਾਡਲ ਦੀ ਹੋਂਡਾ ਰਿਬੋਨ ਮੈਨੂਅਲ ਸਨਰੂਫ 17.5 ਲੱਖ ਰੁਪਇਆ ਡਿਮਾਂਡ ਜੀ, ਖੈਪਰ 'ਚ 5.5 ਲੱਖ ਰੁਪਇਆ। ਕਾਰਵਾਂ ਇਹਦੀ ਵੀ ਡਿਟੇਲ ਅਪਲੋਡ ਕਰ ਦੇਵਾਂਗੇ। 8 ਮਾਡਲ ਆਲਟੋ ਇਹਦੀ ਵੀ ਡਿਟੇਲ ਅਪਲੋਡ ਕਰ ਦੇਵਾਂਗੇ। ਇਹ ਕਿਹੜਾ ਮਾਡਲ ਹੈ ਸਰ? ਕੀ ਹਾਲ ਹੈ ਸਰ? ਠੀਕ ਹੋ? ਕਿਹੜਾ ਮਾਡਲ ਸਰ? 8 ਮਾਡਲ ਟੋਟਲ ਜੈਨੂਅਨ ਕਿੰਨੇ ਪੈਸੇ? 13.5 ਲੱਖ ਰੁਪਇਆ। 13 ਮਾਡਲ ਸਹੀਵਾਲ ਨੰਬਰ ਮਹਿਰਾਨ ਇਹਦੀ ਵੀ ਡਿਟੇਲ ਅਪਲੋਡ ਕਰ ਦੇਵਾਂਗੇ। ਇਹ ਦਾਣਾ ਹੈ ਗੱਡੀ ਬ੍ਰਾਂਡ ਨਿਊ, ਬਹੁਤ ਨਵੀਂ ਗੱਡੀ, ਸਾਰੀ ਜੈਨੂਅਨ ਟੋਟਲ ਜੈਨੂਅਨ ਬੰਪਰ ਟੂ ਬੰਪਰ ਬਹੁਤ ਤਕੜੀ, ਬੰਬਰ ਸੇ ਖੈਰ ਬੋਡੀ ਦਾ ਹਿੱਸਾ ਨਹੀਂ। 8 ਮਾਡਲ ਦੀ ਐਕਸਲ ਆਈ ਜਾਂ ਜੀ ਐਲ ਆਈ ਬਹੁਤ ਨਵੀਂ ਗੱਡੀ, ਉੱਦਾਂ ਤੁਹਾਨੂੰ ਮੈਂ ਵਿਖਾ ਦਿੰਦਾ ਗੱਡੀ ਦਾ ਸ਼ੌਕੀਨ ਨਜ਼ਰ ਰਾਤ ਕਰਨ, ਬਹੁਤ ਆਲਾ ਗੱਡੀ 26 ਲੱਖ ਰੁਪਇਆ ਤੋਹਫਾ ਚਾਹੀਦਾ। 2007 ਮਾਡਲ 14 ਲੱਖ ਰੁਪਇਆ ਆਪਣੀ ਜੀ। ਸਰ ਕੀ ਹਾਲ ਹੈ? ਠੀਕ ਹੋ? ਕਿਹੜਾ ਮਾਡਲ ਜੇ? 12 ਮਾਡਲ ਪੈਸੇ ਸਰ? 24 ਲੱਖ ਰੁਪਏ ਮੁਨਾਸਿਬ ਡਿਮਾਂਡ। ਠੀਕ ਹੋ ਜੀ।
ਐਪਰਾਡੋ ਜਨਾਬ 2005/8 70 lakh rupees 97 ਕੰਡੀਸ਼ਨ 93 ਮਾਡਲ ਦੀ ਪਜਾਰੋ 28.5 ਯੈਸ ਨੋ 2012/16 ਥਾਈਲੈਂਡ ਇੰਪੋਰਟ ਡਾਲਾ 70 lakh ਬਣਾ ਤੁਹਾਨੂੰ ਬਾਕੀ ਗੱਡੀਆਂ ਦਾ ਵੀ ਰਿਵਿਊ ਕਰਵਾਉਂਦੇ ਹਾਂ ਵੇਖ ਸਕਦੇ ਹੋ ਮਾਸ਼ਾ ਅੱਲਾਹ ਰੌਣਕਾਂ ਡੋਗਰ ਮੋਟਰ ਨਨਕਾਣਾ ਸਾਹਿਬ ਮੇਨ ਬਰਾਂਚ ਤੋਂ ਜਨਾਬ ਅਸੀਂ ਤੁਹਾਨੂੰ ਅਪਲੋਡ ਜੀ ਜੀ ਅਭੀ ਆ 2010 ਮਾਡਲ ਦੀ ਜੀ ਐੱਲ ਆਈ ਹੈ ਮੇਰੇ ਖਿਆਲ ਨਾਲ ਜੀ ਐੱਲ ਆਈ ਇਹ ਕਿੰਨਾ ਦੀ ਗੱਡੀ ਆਪਣੀ ਸਰ ਕਿੰਨੇ ਪੈਸੇ ਨੇ ਵਾਲੇਕੁਮ ਸਲਾਮ ਕੀ ਹਾਲ ਹੈ ਠੀਕ ਹੋ ਖੈਰੀਅਤ ਹੈ ਨਜਰਾ ਹਾਲੀ ਸਾਹਿਬ ਸਭ ਸੰਭਾਲ ਦੋ ਅੱਛਾ ਅੱਛਾ ਭਾਈ ਸਾਹਿਬ ਤਾਰੜ ਸਾਹਿਬ ਇੱਥੇ ਤਾਂ ਸਾਹਿਬ ਮੇਰੇ ਉਹਨਾਂ ਦੇ ਭਾਈ ਅੱਛਾ ਮਿਹਰਬਾਨੀ ਚਲੋ ਮੈਂ ਦੇਖ ਲਾਂਗੇ ਵਾਲੇਕੁਮ ਕੀ ਹਾਲ ਹੈ ਕੀ ਹਾਲ ਹੈ ਅੱਲਾ ਸ਼ੁਕਰ ਤੁਸੀਂ ਸਾਹਿਬ 24 lakh rupees ਡਿਮਾਂਡ ਕਿੰਨੀ ਕਿੰਨੀ ਕੁ ਜਨਮ ਜੇ ਅੱਛਾ ਚੈੱਕ ਕਰਨੀ ਪਏਗੀ ਚਲੋ ਕਰ ਲਾਂਗੇ ਮੈਂ ਇੱਕ ਮਿੰਟ ਜੀ ਰਿਵਿਊ ਅਪਲੋਡ ਕਰ ਲਾਂ ਠੀਕ ਆ ਕਿੰਨੇ ਪੈਸੇ ਨੇ ਕਿੰਨੇ ਪੈਸੇ ਮੈਨੂੰ ਕੀ ਪਤਾ ਗੱਡੀ ਤੁਹਾਡੀ ਅੱਛਾ ਚਲੋ ਠੀਕ ਹੈ ਇਹ ਸਾਰੀਆਂ ਗੱਡੀਆਂ ਦੀ ਬਿਲਾਲ ਡਿਟੇਲ ਲਿਖੋ ਇਹ ਕਿੰਨੇ ਪੈਸੇ ਨੇ ਇਹਦੇ ਇਹਦਾ ਬੰਦਾ ਨਹੀਂ ਲੱਭ ਰਿਹਾ ਲੱਭ ਜਾਂਦਾ ਇਹਦਾ ਬੰਦਾ ਅਤੇ ਇਹਦਾ ਚਲੋ ਇਹ ਚਾਹ ਪੀਣ ਗਏ ਹੁਣ ਅਤੇ ਆਹ ਦੋਸਤੋ ਇਹਦੇ ਕਿੰਨੇ ਕਿੰਨੀ ਡਿਮਾਂਡ ਇਹਦੀ ਬਾਬਾ ਜੀ ਦੀ ਕਿੰਨੀ ਡਿਮਾਂਡ ਹੈ ਖੈਬਰ ਦੀ ਹਾਂਜੀ ਅੱਛਾ ਤੁਸੀਂ ਲੈਣੀ ਹੈ ਗੱਡੀ ਠੀਕ ਹੋ ਗਿਆ 7 ਮਾਡਲ ਮਹਿਰਾਨ ਹੋਰ ਵੀ ਗੱਡੀਆਂ ਆ ਰਹੀਆਂ ਮਾਸ਼ਾ ਅੱਲਾਹ ਦੇਖ ਸਕਦੇ ਹੋ ਤੁਸੀਂ ਮੈਦਾਨ ਸਜਿਆ ਹੋਇਆ ਆਪਸ਼ਨ ਅਸੀਂ ਘੰਟੇ ਤੱਕ ਸਟਾਰਟ ਜੇ ਕਰਨੀ ਹੈ ਮਾਸ਼ਾ ਅੱਲਾਹ ਕਾਫੀ ਗੱਡੀਆਂ ਆ ਗਈਆਂ ਹੋਰ ਵੀ ਗੱਡੀਆਂ ਆ ਗਈਆਂ ਅਤੇ ਬਾਕੀ ਮਜ਼ੀਦ ਤੁਹਾਡੇ ਨਾਲ ਇੱਕ ਗੱਡੀ ਦਾ ਅਸੀਂ ਬੋਲੀ ਜਦੋਂ ਹੋਣੀ ਨਿਲਾਮੀ ਹੋਣੀ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਵੇਖੋ ਮਾਸ਼ਾ ਅੱਲਾਹ ਬਹੁਤ ਵਾਰੇ ਦੀਆਂ ਇਨਵੈਸਟਰ ਰੇਟ 'ਤੇ ਗੱਡੀਆਂ ਡੋਗਰ ਮੋਟਰਸ ਨਨਕਾਣਾ ਸਾਹਿਬ ਦੇ ਨਾਮ ਮੌਜੂਦ ਨੇ ਤੁਸੀਂ ਹਰ ਜੁਮਾ ਹਰ ਐਤਵਾਰ ਵਾਲੇ ਦਿਨ ਡੋਗਰ ਮੋਟਰ ਨਨਕਾਣਾ ਸਾਹਿਬ ਮੇਨ ਬ੍ਰਾਂਚ ਜਿੰਨ ਪੈਟਰੋਲੀਅਮ 'ਤੇ ਤਸ਼ਰੀਫ ਲਿਆ ਸਕਦੇ ਹੋ ਅਤੇ ਇੱਥੇ ਆਉਣ ਦਾ ਫਾਇਦਾ ਹੈ ਕਿ ਕਾਗਜ਼ਾਤ ਦੀ ਹਰ ਤਰ੍ਹਾਂ ਦੀ ਬਾਇਓਮੈਟ੍ਰਿਕ ਦੀ ਸਾਡੀ ਜ਼ਿੰਮੇਵਾਰੀ ਗੱਡੀ ਤੁਹਾਨੂੰ ਚੈੱਕ ਕਰਕੇ ਲੈ ਕੇ ਦੇਵਾਂਗੇ ਤੁਹਾਨੂੰ ਕੋਈ ਐਕਸਪਰਟ ਬੰਦਾ ਨਾਲ ਲਿਆਉਣ ਦੀ ਜ਼ਰੂਰਤ ਨਹੀਂ ਹੈ ਤਾਂ ਲਿਆ ਸਕਦੇ ਹੋ ਨਹੀਂ ਹੈ ਤਾਂ ਕੋਈ ਗੱਲ ਨਹੀਂ ਔਰ ਜਿਹੜੇ ਰੇਟ 'ਤੇ ਲੈ ਕੇ ਦੇ ਕੱਲ੍ਹ ਨੂੰ ਉਹਨੇ ਉਸ ਰੇਟ 'ਤੇ ਵੇਚਣ ਦੀ ਵੀ ਜ਼ਿੰਮੇਵਾਰੀ ਸਾਡੀ ਠੀਕ ਹੈ ਜਿਹੜੇ ਦੋਸਤ ਸਾਡੇ ਕੋਲ ਆ ਚੁੱਕੇ ਨੇ ਉਹਨਾਂ ਨੂੰ ਸਾਡਾ ਪਤਾ ਅਤੇ ਜਿਹੜੇ ਹਜੇ ਤੱਕ ਨਹੀਂ ਆਏ ਇੱਕ ਦਫ਼ਾ ਜ਼ਰੂਰ ਚੱਕਰ ਲਾਓ ਇਨਸ਼ਾਅੱਲਾ ਤੁਹਾਨੂੰ ਪੂਰਾ ਮਜ਼ਾ ਆਏਗਾ ਇਹ ਸਾਰੀ ਆਪਸ਼ਨ ਨੂੰ ਮੈਂ ਖੁਦ ਡੀਲ ਕਰ ਰਿਹਾ ਕਾਗਜ਼ਾਤ ਤੱਕ ਦੀ ਇੰਸਪੈਕਸ਼ਨ ਮੈਂ ਖੁਦ ਕਰਨਾ ਗੱਡੀ ਦੀ ਇੰਸਪੈਕਸ਼ਨ ਕਰੀ ਦੀ ਹੈ ਰੇਟ ਦੀ ਹਰ ਚੀਜ਼ ਦੀ ਔਰ ਹਰ ਕਿਸਮ ਦੀ ਗੱਡੀ ਮੌਜੂਦ ਹੈ ਜਿਹੜੇ ਮੇਰੇ ਵੀਰ ਭਰਾ ਸਾਡੇ ਨਾਲ ਰਾਬਤਾ ਕਰਦੇ ਨੇ ਮੈਂ ਸਰ ਕਹਿਣਾ ਇਹ ਚਾਹ ਰਿਹਾ ਸੀ ਕਿ ਜਿੰਨੇ ਵੀ ਦੋਸਤ ਸਾਨੂੰ ਫੋਨ 'ਤੇ ਰਾਬਤਾ ਕਰਦੇ ਨਾ ਸਾਡੇ ਨਾਲ ਕਿ ਗੱਡੀ ਆ ਚਾਹੀਦੀ ਫਲਾਣੀ ਗੱਡੀ ਚਾਹੀਦੀ ਸਾਨੂੰ ਉਹ ਹਰ ਜੁਮੇ ਜਾਂ ਹਰ ਐਤਵਾਰ ਨੂੰ ਸਾਡੇ ਕੋਲ ਤਸ਼ਰੀਫ ਲਿਆ ਕਰੋ ਸਾਡੇ ਕੋਲ ਬਹੁਤ ਜ਼ਿਆਦਾ ਗੱਡੀ ਹੁੰਦੀ ਹਰ ਕਿਸਮ ਦੀ ਗੱਡੀ ਹੁੰਦੀ ਥੋੜ੍ਹੇ ਬਜਟ ਤੋਂ ਲੈ ਕੇ ਜ਼ਿਆਦਾ ਬਜਟ ਤੱਕ ਠੀਕ ਹੈ ਜਿੰਨਾ ਵੀ ਕਿਸੇ ਦਾ ਬਜਟ ਹੈ ਹਰ ਬਜਟ 'ਚ ਗੱਡੀ ਮੌਜੂਦ ਹੈ ਹਰ ਤਰ੍ਹਾਂ ਦੀ ਲਿਆਜ਼ਾ ਤੁਸੀਂ ਆਉਣ ਵਾਲੇ ਬਣੋ ਇਨਸ਼ਾਅੱਲਾ ਤੁਹਾਡੇ ਨਾਲ ਪੂਰਾ ਤਾਉਣ ਹੋਏਗਾ ਪੂਰੇ ਪਾਕਿਸਤਾਨ 'ਚ ਦਾਅਵੇ ਨਾਲ ਕਹਿ ਸਕਦੇ ਕਿ ਇੰਨਾ ਸਾਫ ਸ਼ਫਾਫ ਕੰਮ ਕੋਈ ਨਹੀਂ ਕਰ ਸਕਦਾ ਜਿੰਨਾ ਅਸੀਂ ਕਰਨੇ ਫੇਅਰ ਡੀਲ ਕਰਾਉਂਦੇ ਆਹਮਣੇ ਸਾਹਮਣੇ ਡੀਲ ਹੁੰਦੇ ਨੇ ਔਰ ਨਿਲਾਮੀ ਦੇ ਵਿੱਚ ਕੋਈ ਪਾਰਕਿੰਗ ਫੀਸ ਨਹੀਂ ਕੋਈ ਕਿਸੇ ਕਿਸਮ ਦਾ ਚਾਰਜਿਸ ਨਹੀਂ ਕੋਈ ਇੰਸਪੈਕਸ਼ਨ ਫੀਸ ਨਹੀਂ ਸਿਰਫ ਜਦੋਂ ਸੌਦਾ ਹੋ ਜਾਣਾ
ਉਦੋਂ 13,000 ਰੁਪਇਆ ਕਮਿਸ਼ਨ ਹੋਏਗੀ। ਜਦੋਂ ਕਾਗਜ਼ਾਤ ਅਸੀਂ ਚੈੱਕ ਕਰਕੇ ਦੇਣੇ, ਸਾਡੀ ਜ਼ਿੰਮੇਵਾਰੀ ਹੋਣੀ ਹੈ, ਰਸੀਦ ਤੁਹਾਨੂੰ ਕੱਟ ਕੇ ਦੇਣੀ, ਹਰ ਚੀਜ਼ ਦੀ ਜ਼ਿੰਮੇਵਾਰੀ ਸਾਡੀ ਸ਼ੋਰੂਮ ਦੀ। ਬਾਕੀ ਆਓ, ਨੰਬਰ ਨੋਟ ਕਰ ਲਓ, 0 ਮੈਂ ਤਾਬੇਦਾਰ ਜੀ, ਮੈਂ ਤਾਬੇਦਾਰ, ਮੈਂ ਤਾਬੇਦਾਰ, ਮੈਂ ਬਣਾ ਦਿੰਦਾ, ਮੈਂ ਬਣਵਾ ਦਿੰਦਾ, ਇਹ ਤਾਂ ਮੈਂ ਉਹਨਾਂ ਨੂੰ ਦੇਖ ਕੇ ਨਾ ਤਾਂ ਮੈਂ ਕਰਵਾ ਦਿੰਦਾ ਤੁਹਾਡੇ। ਨੰਬਰ ਨੋਟ ਕਰ ਲਓ, ਜਿਹੜੇ ਵੀਰ ਭਰਾਵਾਂ ਨੂੰ ਕਿਸੇ ਵੀ ਗੱਡੀ ਦੀ ਇਹਨਾਂ ਗੱਡੀਆਂ 'ਚ ਜ਼ਰੂਰਤ ਹੈ, 0316-49-10-026, 0305-49-73-273, 0323-47-31-629, 0300-47-11-749, 0300-8-402-12 ਸ਼ੋਰੂਮ ਦੇ ਨੰਬਰ ਨੂੰ ਤੁਸੀਂ ਨਾਲ ਰਾਬਤਾ ਕਰਕੇ ਗੱਡੀ ਦੇ ਕਿਸੇ ਦੀ ਵੀ ਡਿਟੇਲ ਲੈ ਕੇ ਡੀਲ ਕਰ ਸਕਦੇ। ਬਹੁਤ ਸ਼ੁਕਰੀਆ, ਅੱਲਾ ਹਾਫਿਜ਼।